ਜਾਂ ਉਸ ਸਟੇਟ ਦੀ ਸਰਕਾਰ ਹੈ ਉਹਨਾਂ ਉੱਚਾ। ਸੈਂਸਰ ਬੋਰਡ ਉੱਥੋਂ ਬਣਨਾ ਚਾਹੀਦਾ, ਅਕਾਲ ਤਖ਼ਤ ਸਾਡੀ ਕਮੇਟੀ ਬਣੀ, ਸਾਡੇ ਸੁਪਰੀਮ ਅਕਾਲ ਤਖ਼ਤ ਹੈ, ਉੱਥੋਂ ਪਾਸ ਕਰਾਉਣ। ਹਾਂਜੀ ਅਸੀਂ ਠੀਕ ਹੈ ਜੀ, ਪਾਸ ਕਰੀਏ, ਕਦੀ ਨਾਮ ਸਾਹਿਬ ਜੀ ਹੁਣ ਲਗਾ ਦਿੰਦੇ ਆ, ਕਦੀ ਹੋਏ ਫਿਲਮ ਲਗਾ ਕੇ ਇਹ ਜਾਣਗਾ ਪੰਜਾਬ ਦਾ ਮੁਲਕ ਕਰਦੇ ਹੈਗੇ ਆ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕੋਈ ਵੀ ਹੋਈ ਫਿਲਮ ਨਾ ਰਿਲੀਜ਼ ਕਰੋ, ਕੌਣ ਜੋਬੀ ਜਾਂ ਪੇਜਰਾਂ ਦਾ ਮੁਲਕ ਕਰੋ। ਕਾਰਨ ਆ ਤੁਸੀਂ ਰੋਕਣ ਆਏ ਫਿਲਮ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਐਂਟੀ ਸਿੱਖ ਜੋ ਅੱਜ ਕੱਲ੍ਹ MP ਬਣ ਗਈ ਹੈ ਕੰਗਨਾ ਰਣੌਤ, ਇਹਨੇ ਇੱਕ ਫਿਲਮ ਬਣਾਈ ਹੈ ਐਮਰਜੈਂਸੀ, ਜੋ ਸਿੱਖਾਂ ਦੇ ਉੱਤੇ ਬਹੁਤ ਟਾਰਗੇਟ ਕੀਤਾ ਗਿਆ ਵਾ, ਜੋ ਸਿੱਖਾਂ ਦੀ ਭਾਵਨਾ ਭੜਕਾ ਰਹੀ ਹੈ, ਜੋ ਹੀ ਇਸ ਤਰ੍ਹਾਂ ਸਾ ਗਲਤ ਫਿਲਮ ਬਣੀ ਹੈ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਅਸੀਂ ਸਿੱਖ ਤਾਲਮੇਲ ਕਮੇਟੀ ਵੱਲੋਂ ਅੱਜ ਇਹਨਾਂ ਜੋ PPR ਉਹਦੇ ਮੈਨੇਜਰ ਹੈਗੇ ਆ, ਪ੍ਰਬੰਧਕ ਹੈਗੇ, ਉਹਨਾਂ ਨੂੰ ਕਹਿਣ ਆਏ ਹਾਂ ਕਿ ਤੁਸੀਂ ਫਿਲਮ ਕਿਸੇ ਵੀ ਕੀਮਤ 'ਤੇ ਨਹੀਂ ਲਾਉਣੀ, ਤਾਂ ਜੋ ਸਾਡੇ ਜਲੰਧਰ ਦਾ, ਸਾਡੇ ਪੰਜਾਬ ਦਾ ਵੀ ਮਾਹੌਲ ਨਾ ਖਰਾਬ ਹੋਵੇ, ਕਿਉਂਕਿ ਇਹ ਸਿੱਖਾਂ ਦੀ ਭਾਵਨਾ ਨੂੰ ਭੜਕਾਉਣ ਵਾਲੀ ਫਿਲਮ ਹੈਗੀ ਹੈ। ਕੋਈ ਵੀ ਇਹੋ ਜਿਹੀ ਫਿਲਮ ਨਾ ਲਈ ਜਾਵੇ ਜਿਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਹੋਈਆਂ। ਉਹਦੇ 'ਚ ਕੀ ਸਰ ਦਿਖਾਇਆ ਗਿਆ, ਕੋਈ ਪੁਰਾਣਾ ਇਤਿਹਾਸ ਦਿਖਾਇਆ ਗਿਆ ਕੋਈ? ਇਹ ਇੱਕ ਟ੍ਰੇਲਰ ਆਇਆ ਵਾ, ਉਹ ਸੰਤਾਂ ਨੂੰ ਗਲਤ, ਪਿੰਡਾਂ ਨੂੰ ਗਲਤ ਦਿਖਾਇਆ ਗਿਆ ਵਾ, ਸਿੱਖਾਂ ਨੂੰ ਜਿਹੜੇ ਸਿੱਖ ਉੱਥੇ ਦਰਬਾਰ ਸਾਹਿਬ ਗਏ ਸੀਗੇ ਉਹਨਾਂ ਸਾਰਿਆਂ ਨੂੰ ਅੱਤਵਾਦ ਦੱਸਿਆ ਗਿਆ ਵਾ। ਠੀਕ ਹੈ, ਜਾਂ ਕਿ ਉਹੋ ਜਿਹੀ ਗੱਲ ਹੈ ਨਹੀਂ ਕਿ ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਪਰੋਸ ਕੇ ਸਿੱਖਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ। ਮੈਨੇਜਮੈਂਟ ਨਾਲ ਤੁਹਾਡੀ ਗੱਲ ਹੋਈ ਕੋਈ ਇਹਨਾਂ ਦੀ? ਮੈਨੇਜਮੈਂਟ ਨਾਲ ਗੱਲ ਵੀ ਹੋਈ ਹੈ, ਪ੍ਰਸ਼ਾਸਨ ਦੇ ਆਇਆ, ਪ੍ਰਸ਼ਾਸਨ ਨੂੰ ਭਰੋਸਾ ਦਵਾਇਆ ਵਾ ਇਹ ਫਿਲਮ ਕਿਸੇ ਵੀ ਕੀਮਤ 'ਤੇ ਨਹੀਂ ਲੱਗੀ। ਇਕੱਲੇ ਜਲੰਧਰ 'ਚ ਨਹੀਂ ਲੱਗਿਆ ਹੁੰਦਾ, ਜਗ੍ਹਾ ਦੇ ਬਾਕੀ ਸ਼ਹਿਰਾਂ 'ਚ ਪੂਰੇ ਸਾਰੀਆਂ ਜਥੇਬੰਦੀਆਂ ਹਰ ਜਗ੍ਹਾ ਜਲੰਧਰ ਆ ਆਈਆਂ, ਸਾਰੀ ਜਥੇਬੰਦੀ ਸਾਰੇ ਪੰਜਾਬ 'ਚ ਹੈਗੀਆਂ ਵਾ, ਆਪਣੇ ਆਪਣੇ ਤੌਰ 'ਤੇ ਹਰ ਪਿੰਡ ਜਾ ਕੇ ਉੱਥੇ ਆ ਕੇ ਫਿਲਮ ਬੰਦ ਕਰੀ। ਠੀਕ, ਨੋਟ ਹੈ ਇਹ ਸ਼ੁਰੂ ਤੋਂ ਸਿੱਖਾਂ ਦੀ ਐਂਟੀ ਰਹੀ ਹੈ। ਜਦੋਂ ਕਿਸਾਨੀ ਮੋਰਚਾ ਲੱਗਿਆ ਸੀਗਾ ਉਦੋਂ ਸਾਡੀਆਂ ਮਾਵਾਂ ਭੈਣਾਂ ਉੱਥੇ ਮੋਰਚੇ 'ਤੇ ਬੈਠੀਆਂ ਸੀਗੀਆਂ, ਉਦੋਂ ਇਹ ਕਹਿੰਦੀ ਕਿ 200 ਰੁਪਏ ਦੇ ਕਹਿੰਦੇ ਬੀਬੀਆਂ ਫੜ ਕੇ ਲਿਆਉਂਦੀਆਂ ਵਾ। ਇਹਦੀ ਸੋਚ ਸਿੱਖਾਂ ਦੇ ਖਿਲਾਫ ਸ਼ੁਰੂ ਤੋਂ ਰਹੀ ਹੈ। ਪਿੱਛੇ ਇਹਦੀ ਕਿਹੜੀ ਏਜੰਸੀ ਹੈ ਜਿਹਨੇ ਸਰਕਾਰਾਂ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ, MP ਬਣਾਇਆ, ਉਸੇ ਸੋਚ ਦੇ ਤਹਿਤ ਇਹਨੇ ਇਹ ਫਿਲਮ ਬਣਾਈ ਹੈ, ਜਿਹੜੀ ਹੁਣ ਜਦੋਂ 6 ਜੂਨ ਨੂੰ ਜੋ ਦਰਬਾਰ ਸਾਹਿਬ ਅਟੈਕ ਹੋਇਆ, ਜਿਹੜੀ ਸੰਗਤ ਉੱਥੇ ਗਈ ਸੀ, ਇਹਨੇ ਉਹਨਾਂ ਨੂੰ ਖਾੜਕੂ ਦਿਖਾਇਆ, ਅੱਤਵਾਦੀ ਦਿਖਾਇਆ, ਆਪਣੀ ਸੋਚ ਦੇ ਮੁਤਾਬਕ ਜੋ ਸਾਡੀਆਂ ਧਾਰਮਿਕ ਭਾਵਾਂ ਭੜਕਾਈਆਂ ਗਈਆਂ ਨੇ, ਅਸੀਂ ਇਸ ਕਰਕੇ CP ਸਾਨੂੰ ਅੱਜ ਇੱਕ ਬੇੜੂ ਦਿਆਂਗੇ, ਇਹ ਸਾਡੀਆਂ ਜੇ ਭਾਵਨਾ ਭੜਕਾਈਆਂ, ਇਹ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, 295 ਦਾ ਪਰਚਾ ਦਰਜ ਕੀਤੀ ਜਾਵੇ, ਅਤੇ ਜਿਹੜੀ ਇਹ ਫਿਲਮ ਐਮਰਜੈਂਸੀ ਫਿਲਮ ਹੈ ਇਹ ਅਸੀਂ ਕਿਸੇ ਵੀ ਕੀਮਤ 'ਤੇ ਨਹੀਂ ਲੱਗਣ ਦਿਆਂਗੇ, ਕਿਉਂਕਿ ਇਹ ਸਿੱਖਾਂ ਦੀ ਭਾਵਨਾ ਭੜਕਾਉਂਦੀ ਫਿਲਮ ਹੈ। ਜਿਹੜੀ ਵੀ ਇਹ ਕੋਈ ਫਿਲਮ ਬਣਾਉਂਦਾ ਵਾ, ਮੰਨ ਲਓ ਸਿੱਖੀ ਰਿਲੇਟਡ ਫਿਲਮ ਬਣਾਉਂਦੇ ਆ, ਇਹ ਸਾਡੀ ਸੁਪਰੀਮ ਅਕਾਲ ਤਖ਼ਤ ਹੈ, ਉੱਥੋਂ ਤੋਂ ਸਾਡੇ ਸੈਂਸਰ ਬੋਰਡ ਬਣਨਾ ਚਾਹੀਦਾ ਵਾ। ਹਾਂਜੀ, ਤਾਰੀ ਫਿਲਮ ਦੇਖੋ, ਤਾਰੀ ਫਿਲਮ ਲਾਈਏ ਕਿ ਸਚਾਈਏ, ਇਹ ਫਿਲਮ ਪਾਸ ਕਰ ਦਈਏ, ਇਹੋ ਜਿਹਾ ਕੋਈ ਕੰਮ ਨਹੀਂ ਕਰਦੇ। ਜਿੱਥੇ ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਹੋਵੇ, ਜਿਵੇਂ ਖਾਲੜਾ ਜੀ ਦੀ ਫਿਲਮ ਆਈ ਹੈ, ਖਾਲੜੀ ਫਿਲਮ 'ਚ 85 ਸੀਨ ਸੈਂਸਰ ਬੋਰਡ ਨੇ ਕਰ ਦਿੱਤੇ, ਪਰ ਅੱਜ ਤੱਕ ਉਹ ਖਾਲੜ ਜੀ ਦੀ ਫਿਲਮ ਨਹੀਂ ਰਿਲੀਜ਼ ਹੋਈ। ਪਰ ਇਹ ਜੋ ਸਿੱਖਾਂ ਦੀਆਂ ਭਾਵਨਾ ਭੜਕਾਉਂਦੀਆਂ ਹੋਈਆਂ, ਇਹੋ ਜਿਹੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਹਮੇਸ਼ਾ ਹੀ ਸਿੱਖਾਂ ਨੂੰ ਇੱਥੇ ਦੂਜੇ ਦਰਜੇ ਦਾ ਸਮਝ ਜਾਂਦਾ ਵਾ, ਉਹਨਾਂ ਨੂੰ ਹਮੇਸ਼ਾ ਹੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੋ ਸਿੱਖ ਤਾਲਮੇਲ ਕਮੇਟੀ ਵੱਲੋਂ ਅਸੀਂ ਇਹਦੀ ਨਿੰਦਾ ਕਰਦੇ ਹਾਂ, ਅਸੀਂ ਕਿਸੇ ਵੀ ਕੀਮਤ 'ਤੇ ਇਹ ਫਿਲਮ ਨਹੀਂ ਲੱਗਣ ਦਿਆਂ। ਅੱਛਾ, ਇੱਕ ਸਿਰਫ ਟ੍ਰੇਲਰ ਹਲੇ ਜਿਹੜਾ ਹੈਗਾ ਉਹ ਅੱਜ ਅਸੀਂ ਐਡਮਿਨਿਸਟ੍ਰੇਸ਼ਨ ਦੇ ਕੋਲ ਜਾਂ ਜਿਹੜੀ PVR ਸਿਨੇਮਿਆਂ ਦੀ ਜਿਹੜੀ ਚੈਨ ਹੈ, ਅਸੀਂ ਉਹਨਾਂ ਦੇ GM ਦੇ ਕੋਲ, ਉਹਨਾਂ ਦੇ ਮੁਖੀਆਂ ਦੇ ਕੋਲ ਅਪਰੋਚ ਕੀਤੀ ਸੀ। ਅਸੀਂ ਉਹਨਾਂ ਨੂੰ ਆਪਣਾ ਦੱਸਤਾ ਸੀ ਕਿ ਅਸੀਂ ਇਹ ਫਿਲਮ ਜਿਹੜੀ ਹੈ ਉਹ ਰਿਲੀਜ਼ ਨਹੀਂ ਹੋਣ ਦੇਣੀ।
ਉਹ ਉਹਨਾਂ ਨੇ ਹਾਮੀ ਭਰ ਦਿੱਤੀ ਵੀ ਠੀਕ ਹੈ ਜੀ ਅਸੀਂ ਇਸ ਗੱਲ ਦਾ ਤੁਹਾਡਾ ਮੈਸੇਜ ਜਿਹੜਾ ਉਹ ਉੱਪਰ ਤੱਕ ਪਹੁੰਚਾ ਦਾਂਗੇ, ਪਰ ਇਸ ਟੀਜ਼ਰ ਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਸੀ ਉਹਦੇ ਸੰਬੰਧ 'ਚ ਅੱਜ ਅਸੀਂ ਅਫਸਰਾਂ ਨੂੰ ਮਿਲੇ ਸੀ ਅਤੇ ਉਹਨਾਂ ਨੇ ਉਹ ਜਿਹੜਾ ਉਹ ਪਰਚੇ ਦੇ ਆਰਡਰ ਜਿਹੜੇ ਹੈ ਉਹ 4 ਨੰਬਰ ਥਾਣੇ ਕਰ ਦਿੱਤੇ ਹੈ। ਅਸੀਂ 104 ਨੰਬਰ ਥਾਣੇ ਜਾ ਰਹੇ ਹਾਂ ਆਪਣੇ ਉੱਥੇ ਬਿਆਨ ਲਿਖਾ ਕੇ ਅਤੇ ਅਸੀਂ ਉਹ ਪਰਚਾ ਦਰਜ ਕਰਾ ਕੇ ਅਸੀਂ ਉਹਦੇ ਉੱਤੇ ਜਿਹੜੀ ਕੰਗਣਾ ਨਾਮ ਤੋਂ ਹੈਗੀ ਆ ਉਹ 'ਤੇ ਕਾਨੂੰਨੀ ਕਾਰਵਾਈ ਕਰਨਾ। ਸਰ ਜਲੰਧਰ ਤੋਂ ਬਾਅਦ ਵੀ ਕਾਰਵਾਈ ਹੋਏਗੀ? ਇਹ ਦੇਖੋ ਅਸੀਂ ਜਲੰਧਰ 'ਚ ਬੈਠੇ ਹਾਂ ਅਤੇ ਅਸੀਂ ਜਲੰਧਰ ਦੇ ਵਿੱਚ ਕਰਦੇ ਪਏ ਹਾਂ। ਇਹ ਗੱਲ ਪੂਰੇ ਪੰਜਾਬ 'ਚ ਨਹੀਂ ਪੂਰੇ ਵਰਲਡ 'ਚ, ਨਾ ਕਿ ਇਕੱਲੇ ਹਿੰਦੁਸਤਾਨ 'ਚ, ਇਹ ਸਾਰੇ ਪਾਸੇ ਜਿਹੜਾ ਉਹ ਚਰਚਾ ਦਾ ਵਿਸ਼ਾ ਬਣ ਗਿਆ ਔਰ ਇਹਦੇ ਉੱਪਰ ਜਿਹੜਾ ਉਹ ਸਾਰਿਆਂ ਨੇ ਜਿਹੜੀ ਉਹ ਕਾਨੂੰਨੀ ਕਾਰਵਾਈ ਕਰਾਉਣੀ। ਤੁਹਾਡੀ ਪੰਜਾਬ ਦੀ ਜਿਹੜੀ ਬਾਕੀ ਜਥੇਬੰਦੀਆਂ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ? ਸਾਰੀਆਂ ਜਥੇਬੰਦੀਆਂ ਨਾਲ ਗੱਲ ਹੋਈ, ਸਾਡੀ SGPC ਨੇ ਜਾਂ ਸਾਡੇ ਜਥੇਦਾਰ ਅਕਾਲ ਤਖ਼ਤ ਨੇ ਉਹ ਵੀ ਕੱਲ੍ਹ ਦੀ ਜਿਹੜੀ ਹੈ ਉਹ ਬਹੁਤ ਉਹਦੀ ਕੰਡੈਮਡ ਕਰਤੀ ਆ, ਉਹਨਾਂ ਨੇ ਵੀ ਕਾਨੂੰਨੀ ਕਾਰਵਾਈ ਦੀ ਜਿਹੜੀ ਉਹ ਮੰਗ ਕਰ ਦਿੱਤੀ ਹੋਈ ਹੈ। ਉਹੀ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਦੁਹਰਾਉਂਦੇ ਹੋਏ ਅਸੀਂ ਹੁਣੇ ਜਿਹੜਾ ਉਹ ਪਰਚਾ ਦਰਜ ਕਰਾ ਕੇ ਉਹ FIR ਨੰਬਰ ਔਰ FIR ਦੀ ਡਿਟੇਲ ਉਹ ਸਾਰੀ ਤੁਹਾਨੂੰ ਹੁਣੇ ਦੇ। ਅੱਜ ਸਿੱਖ ਤਾਪ ਕਮੇਟੀ ਆਈ ਹੈਗੀ, ਹੋਰ ਵੀ ਜਥੇਬੰਦੀਆਂ ਨਾਲ? ਸਾਡੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਆਈਆਂ, ਅੰਮ੍ਰਿਤਸਰ ਤੋਂ ਵੀ ਸਿੱਖ ਜਥੇਬੰਦੀਆਂ ਆਈਆਂ, ਦੂਰੋਂ ਨੇੜਿਓਂ ਸਾਡੇ ਨਾਲ ਸਾਡਾ ਸ਼ਹੀਦ ਊਧਮ ਸਿੰਘ ਕਲੱਬ ਤੋਂ ਜਿਹੜਾ ਸਾਡਾ ਜਸਵੀਰ ਸਿੰਘ ਬੱਗਾ ਜੀ ਉਹ ਵੀ ਆਏ ਨੇ। ਹੋਰ ਵੀ ਤੁਸੀਂ ਜਦੋਂ ਤੁਸੀਂ ਥੋੜ੍ਹਾ ਲੇਟ ਪਹੁੰਚੇ ਸਾਡੇ ਕੋਲ, ਹੋਰ ਸਾਰੇ ਜਿਹੜੇ ਨੁਮਾਇੰਦੇ ਸੀ ਉਹ ਸਾਰੇ ਸਾਡੇ ਨਾਲ ਸੀ। ਬਾਕੀ ਇਸ ਗੱਲ ਦੇ ਉੱਤੇ ਅਸੀਂ ਆਪਣੇ ਵੱਲੋਂ ਪਹਿਰਾ ਦਿੰਦੇ ਹੋਏ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਉਹ ਕਰਾਵਾਂਗੇ। MLA ਜਿਹੜੇ ਸਾਡੇ ਮਹਿੰਦਰ ਭਗਤ ਜੀ ਹੈ ਜਿਹੜੇ, ਅਸੀਂ ਉਹਨਾਂ ਕੋਲ ਵੀ ਇਹ ਸਾਰੇ ਵਿਚਾਰ ਰੱਖੇ, ਉਹਨਾਂ ਨੂੰ ਦੱਸਿਆ, ਉਹਨਾਂ ਨੇ ਵੀ ਉਸੇ ਟਾਈਮ ਇਸ ਦੀ ਨਿਖੇਧੀ ਕੀਤੀ ਅਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਸ ਕਾਨੂੰਨੀ ਕਾਰਵਾਈ ਦੇ ਵਿੱਚ ਤੁਹਾਡੇ ਨਾਲ ਡੱਟ ਕੇ ਖੜੇ ਹੋਵਾਂਗੇ।